ਕਰਨ ਸਾਹਿਬ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੂੰ ਜ਼ਿੰਦਾ ਫੜ ਲਿਓ ਤਾਂ ਹੀ ਸਹਿਜ ਖਾਨ ਨੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਜ਼ਿੰਦਾ ਫੜ ਲਿਆਵਾਂਗਾ ਤਾਂ ਉਹ 10,000 ਫੌਜ ਲੈ ਕੇ ਟੁਰ ਪਿਆ ਰਸਤੇ ਪਿੰਡ ਸੰਦੋੜੇ ਵਿੱਚ ਆਪਣੀ ਭੈਣ ਨੂੰ ਮਿਲਣ ਗਿਆ ਤਾਂ ਭੈਣ ਨੇ ਪੁੱਛਿਆ ਵੀਰਾ ਇੱਧਰ ਕੀ ਕਰਾਇਆ ਸੁਣਿਆ ਤੇਰੇ ਕੋਲ ਬੜੀ ਫੌਜਾਂ ਨੇ ਤਾਂ ਉਹਨੇ ਕਿਹਾ ਕਿ ਇੱਧਰ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਕੋਈ ਗੁਰੂ ਗੋਬਿੰਦ ਸਿੰਘ ਰਹਿੰਦਾ ਹੈ ਉਹਨੂੰ ਹੀ ਫੜਨ ਜਾ ਰਿਹਾ ਵਾ ਤਾਂ ਭੈਣ ਨੇ ਕਿਹਾ ਨਾ ਵੀਰਾ ਨਾ ਤੂੰ ਐਵੇਂ ਦਾ ਕੰਮ ਕਦੀ ਨਾ ਕਰੀ ਗੁਰੂ ਗੋਬਿੰਦ ਸਿੰਘ ਤੇ ਅੱਲਾ ਦਾ ਨੂਰ ਹੈ ਉਹ ਕੋਈ ਆਮ ਇਨਸਾਨ ਨਹੀਂ ਆ ਤਾਂ ਉਹਨੇ ਕਿਹਾ ਚੁੱਪ ਕਰ ਤਾਂ ਉਹ ਅੱਧੀ ਰਾਤੀ ਆਪਣੀ ਫੌਜ ਲੈ ਕੇ ਟੁਰ ਪਿਆ ਤਾਂ ਹੀ ਭੈਣ ਨੇ ਅਰਦਾਸ ਕੀਤੀ ਬਾਬਾ ਜੀ ਮੇਰੇ ਵੀਰਾਂ ਨੂੰ ਸਮਝ ਨਹੀਂ ਹੈ ਕਿਰਪਾ ਕਰੋ ਉਹਦਾ ਮਨ ਰਾਖਾ ਬਦਲ ਜਾਵੇ ਤਾਂ ਉਹਨੂੰ ਪੂਰੇ ਰਸਤੇ ਆਪਣੇ ਭੈਣ ਦੀ ਗੱਲਾਂ ਕੰਨ ਵਿੱਚ ਗੂੰਜਦੀ ਰਹੀਆਂ ਤਾਂ ਜਦੋਂ ਉੱਥੇ ਪਹੁੰਚ ਕੇ ਕਹਿੰਦਾ ਹੈ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆਏ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਸਨ ਤਾਂ ਹੀ ਭਾਈ ਦਇਆ ਸਿੰਘ ਜੀ ਨੇ ਕਿਹਾ ਤੁਸੀਂ ਨਾ ਜਾਓ ਬੜੀ ਫੌਜਾਂ ਨੇ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਜੰਗ ਫੌਜਾਂ ਦੀ ਨਹੀਂ ਇੱਕ ਭੈਣ ਦੀ ਅਰਦਾਸ ਦੀ ਹੈ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਹਿਜ ਖਾਨ ਦੇ ਸਾਹਮਣੇ ਆਏ ਤਾਂ ਉਹ ਆਪਣੇ ਘੋੜੇ ਤੋਂ ਉਤਰ ਕੇ ਉਹਨਾਂ ਦੀ ਚਰਨੀ ਵਿੱਚ ਟੈ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਬਾਬਾ ਅਜੀਤ ਸਿੰਘ ਜੀ ਦੂਜੇ ਪਾਤਸ਼ਾਹ ਬਾਬਾ ਸਾਹਿਬ ਨਹੀਂ ਬਾਬਾ ਜੋਰਾਵਰ ਸਿੰਘ ਬਾਬਾ ਅਜੀਤ ਸਿੰਘ ਬਾਬਾ ਅਜੀਤ ਸਿੰਘ ਜੀ ਦੂਜੇ ਬਾਬਾ ਜੋਹਰ ਸਿੰਘ ਜੀ ਤੀਜੇ ਬਾਬਾ ਜੋਰਾਵਰ ਸਿੰਘ ਜੀ ਚੌਥੇ ਪਾਤਸ਼ਾਹ ਚੌਥੇ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬੋਲੇ